ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਦਾ ਕਾਲਜ ਟੀਵੀ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਅੱਜ ਦੇ ਵਿਚਾਰ ਤੇ ਹਰ ਨਵਾਂ ਦਿਨ ਇੱਕ ਨਵੀਂ ਸੋਚ ਨਵੀਂ ਹਿੰਮਤ ਤੇ ਨਵੇਂ ਵਿਚਾਰ ਲੈ ਕੇ ਆਉਂਦਾ ਹੈ ਹੁਣ ਨਜ਼ਰ ਮਾਰਦੇ ਅੱਜ ਦੀਆਂ ਹੈਡਲਾਈਨਸ ਤੇ ਮੌਸਮ ਵਿਭਾਗ ਮੁਤਾਬਕ ਪੰਜਾਬ 'ਚ 17 ਤੱਕ ਮੌਸਮ ਫਰਿਆਗਾ ਸਾਫ ਮੀਂਹ ਦੀ ਨਹੀਂ ਕੋਈ ਸੰਭਾਵਨਾ ਵਿੱਤ ਦਿਨ ਪੰਜਾਬ ਸਮੇਤ ਉੱਤਰੀ ਭਾਰਤ ਦਾ ਆ ਪਚਾਲ ਪਾਕਿਸਤਾਨ ਦਾ ਕਰੂਰ ਖੇਤਰ ਰਿਹਾ ਪਚਾਲ ਦਾ ਮੁੱਖ ਕੇਂਦਰ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਚ ਕੀਤਾ ਕਮਾਲ ਮਲੇਸ਼ੀਆ ਨੂੰ 8-1 ਨਾਲ ਹਰਾ ਕੇ 30ਵੀਂ ਜਿੱਤ ਕੀਤੀ ਹਾਸਲ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦਾ ਅੱਜ ਇਹ ਤੀਜਾ ਦਿਨ ਬੀਤੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਵਕਫ ਵਕਫਾਮਤ ਕੀਤੇ ਰੋਸ ਵਿਖਾਵੇ ਐਚ ਆਈ ਵੀ ਤੋਂ ਪੀੜਤ ਮਰੀਜ਼ਾਂ ਨੂੰ 1500 ਰੁਪਏ ਮਿਲੇਗੀ ਮਹੀਨਾ ਪੈਨਸ਼ਨ 15000 ਮਰੀਜ਼ਾਂ ਨੂੰ ਮਿਲੇਗਾ ਸਹੂਲਤ ਦਾ ਲਾਭ ਮੰਤਰੀ ਹਰਜੋਤ ਵੈਂਸ ਦੀ ਪਤਨੀ ਜੋਤੀ ਜਾਦਵ ਖਿਲਾਫ ਹੁਣ ਤਿੰਨ ਮੈਂਬਰੀ ਐਸ ਆਈ ਡੀ ਕਰੇਗੀ ਜਾਂਚ ਡੀਜੀਪੀ ਗੌਰਵ ਜਾਦਵ ਨੇ ਜਾਂਚ ਟੀਮ ਦਾ ਕੀਤਾ ਗਠਨ ਆਮਾਦਵੀ ਕਲੀਨਿਕਾਂ ਜੋ 2 ਸਾਲਾਂ ਵਿੱਚ 2 ਕਰੋੜ ਮਰੀਜ਼ਾਂ ਨੇ ਕਰਵਾਇਆ ਇਲਾਜ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਦਾਵਾ ਲਾਡਵਲ ਟੋਲ ਪਲਾਜ਼ਾ ਤੇ ਮੁਲਾਜ਼ਮਾਂ ਨੇ ਐਨਐਚਏਆਈ ਖਿਲਾਫ ਖੋਲਿਆ ਮੋਰਚਾ ਆਪਣੀਆਂ ਮੰਗਾਂ ਨੂੰ ਲੈ ਕੇ 17 ਤੋਂ ਕਰ ਸਕਦੇ ਹਨ ਟੋਲ ਪਲਾਜ਼ੇ ਨੂੰ ਫ੍ਰੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਪੈਨਸ਼ਨਾਂ ਨੂੰ ਜਲਦ ਮਿਲ ਸਕਦੀ ਨਵੀਂ ਖੁਸ਼ਖਬਰੀ ਛੇਤੀ ਹੋ ਸਕਦਾ ਹੈ ਮਹਿੰਗਾਈ ਪੱਤੇ 'ਚ ਵਾਧਾ ਰੋਹਿਤ ਸ਼ਰਮਨ ਨੂੰ ਮਿਲ ਸਕਦੀ ਵੱਡੀ ਜ਼ਿੰਮੇਵਾਰੀ ਆਈਪੀਐਲ 2025 ਲਈ ਪੰਜਾਬ ਦੇ ਹੋ ਸਕਦੇ ਕਪਤਾਨ ਆਈਪੀਐਸ ਡਾਕਟਰ ਨਾਨਕ ਸਿੰਘ ਦਾ ਰੈਂਕ 'ਚ ਹੋਇਆ ਵਾਧਾ ਤਰੱਕੀ ਦੇ ਕੇ ਬਣਾਇਆ ਡੀਆਈਜੀ ਜਲੰਧਰ ਪੁਲਿਸ ਨੇ 14 ਇਆਰਐਸ ਮੋਟਰਸਾਈਕਲਾਂ ਨਾਲ ਦਿੱਤੀ ਹਰੀ ਚੰਡੀ ਸ਼ਹਿਰ ਦੇ ਸਾਰੇ 14 ਥਾਣਿਆਂ ਨੂੰ ਕੀਤੇ ਅਲਰਟ ਨਗਰ ਨਿਗਮ ਤੇ ਕੌਂਸਲ ਦੀਆਂ ਚੋਣਾਂ ਵਿੱਚ ਦੇਰੀ ਤੇ ਹਾਈ ਕੋਰਟ ਨੇ ਸਰਕਾਰ ਨੂੰ ਲਗਾਈ ਫਟਕਾਰ ਦੇਰੀ ਦਾ ਕਾਰਨ ਪੁੱਛ 23 ਸਤੰਬਰ ਦੇ ਪਾਈ ਅਗਲੀ ਤਰੀਕ ਰਾਹੁਲ ਗਾਂਧੀ ਦੇ ਇਲਹਾਨ ਉਮਰ ਨਾਲ ਫੋਟੋ ਹਾਈ ਵਾਇਰਲ ਅਮਿਤ ਸ਼ਿਆ ਨੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਨਾਲ ਖੜੇ ਹੋਣ ਦਾ ਰਾਹੁਲ ਗਾਂਧੀ ਤੇ ਲਾਇਆ ਇਲਜ਼ਾਮ ਰਾਹੁਲ ਗਾਂਧੀ ਦੇ ਬਿਆਨ ਦੇ ਗੁਰਪਤਵੰਤ ਸਿੰਘ ਪੰਨੂਲੇ ਕੀਤੀ ਹਮਾਇਤ ਬਿਆਨ ਨੂੰ ਦਲੇਰੀ ਭਰਿਆ ਦਿੱਤਾ ਕਰਾਰ ਰਾਜਨਾ ਸਿੰਘ ਨੇ ਰਾਹੁਲ ਦੇ ਬਿਆਨ ਨੂੰ ਦੱਸਿਆ ਸ਼ਰਮਨਾਕ ਕਿਹਾ ਸਿੱਖਾਂ ਬਾਰੇ ਵਿਦੇਸ਼ 'ਚ ਦਿੱਤਾ ਝੂਠਾ ਬਿਆਨ ਵਰਵਿੰਦਰ ਭੁੰਦੜ ਨੇ ਆਪਣੇ ਖਿਲਾਫ ਹੋਈ ਸ਼ਿਕਾਇਤ ਤੇ ਤੋੜੀ ਚੁੱਪੀ ਕਿਹਾ ਅਕਾਲ ਤਖਤ ਤੇ ਸ਼ਿਕਾਇਤ ਦਰਜ ਕਰਵਾਉਣਾ ਬਣ ਗਈ ਹੈ ਖੇਡ ਜਥੇਦਾਰ ਅਜੇ ਹਾਂ ਲੋਕਾਂ ਨੂੰ ਦੇਵੇ ਸਜ਼ਾ ਆਦੇਸ਼ ਪ੍ਰਤਾਪ ਸਿੰਘ ਕਹਿਰੂ ਅਕਾਲ ਤਖਤ ਤੇ ਹੋਏ ਪੇਸ਼ ਜਥੇਦਾਰ ਨੂੰ ਸੌਂਪਿਆ ਆਪਣਾ ਸਪਸ਼ਟਿਕਰਨ ਕਰਨਜੀਤ ਸਿੰਘ ਸਰਨਾ ਨੇ ਗਾਨੀ ਰਗਵੀਰ ਸਿੰਘ ਨਾਲ ਕੀਤੀ ਮੁਲਾਕਾਤ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲ ਤਖਤ ਤੇ ਤਲਵ ਕਰਨ ਦੀ ਕੀਤੀ ਮੰਗ ਇਕਬਾਲ ਸਿੰਘ ਲਾਲਪੁਰਾ ਨੇ ਗੁਰਨਾਣਕ ਦੇਵ ਜੀ ਨੂੰ ਦੱਸਿਆ ਵਿਸ਼ਨੂੰ ਦਾ ਅਵਤਾਰ ਸ਼੍ਰੋਮਣੀ ਕਮੇਟੀ ਨੇ ਲਿਆ ਸਖਤ ਨੋਟਿਸ ਪੰਜਾਬ ਕਾਂਗਰਸ ਨੇ ਫਟਿਆਲਾ ਚ ਪੀਐਸਪੀਸੀਲ ਦਫਤਰ ਦੇ ਸਾਹਮਣੇ ਦਿੱਤਾ ਧਰਨਾ ਬਿਜਲੀ ਦੀਆਂ ਵਧੀਆਂ ਦਰਾਂ ਦਾ ਕੀਤਾ ਵਿਰੋਧ ਵਿਰੋਧ ਪਰ ਦੇ ਪਿੰਡ ਅਟਾਰੀ ਚ ਬਣੇ ਨਵੇਂ ਪ੍ਰਾਇਮਰੀ ਹੈਲਥ ਸੈਂਟਰ ਦਾ ਸਾਫ ਕਾ ਵਿਧਾਇਕ ਪਰਮੇਂਦਰ ਪਿੰਕੀ ਨੇ ਕੀਤਾ ਉਦਘਾਟਨ ਸਿਹਤ ਵਿਭਾਗ ਨੇ ਨੋਟਿਸ ਪੇਜ ਦੋ ਦਿਨਾਂ ਜੇ ਮੰਗਿਆ ਜਵਾਬ Hindu ਸੰਗਠਨਾ ਨੇ ਸ਼ਿਮਲਾ ਚ ਮਸਜਿਦ ਦਾ ਕੀਤਾ ਵਿਰੋਧ ਮਸਜਿਦ ਵੱਲ ਵਧੇ ਲੋਕਾਂ ਦੇ ਪੁਲਿਸ ਨੇ ਕੀਤਾ ਲਾਠੀ ਚਾਰਜ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ 25 ਸਤੰਬਰ ਤੱਕ ਵੱਧੀ ਨਿਆਂਇਕ ਹਿਰਾਸਤ ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਟਕ ਨੂੰ ਲਈ ਜ਼ਮਾਨਤ 1 ਲੱਖ ਦੇ ਮੁਚਲਕੇ ਦੇ ਅਦਾਲਤ ਨੇ ਦਿੱਤੀ ਜ਼ਮਾਨਤ ਰਮਨਜੀਤ ਰੋਮੀ ਨੂੰ ਨਾਬਾਦ ਤੋਂ ਅੰਮ੍ਰਿਤਸਰ ਜੇਲ੍ਹ ਕੀਤਾ ਤਬਦੀਲ ਕੁਝ ਦਿਨ ਪਹਿਲਾਂ ਹਾਂਗਕਾਂਗ ਤੋਂ ਲਿਆਂਦਾ ਸੀ ਵਾਪਸ ਮਲਾਈਕਾ ਰੋੜਾ ਦੇ ਪਿਤਾ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਤੀਜੀ ਮੰਜ਼ਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਵੱਡਾ ਵਾਰ ਕਿਹਾ ਪਿਛਲੇ 10 ਸਾਲਾਂ 'ਚ ਲੋਕਤੰਤਰ ਨੂੰ ਲੱਗੀ ਵੱਡੀ ਟਾ ਕਾਂਗਰਸ ਪਾਰਟੀ ਨੇ ਲੱਗਾ ਵੱਡਾ ਚੜਕਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਰਾਸ਼ਟਰੀ ਸਕੱਤਰ ਵਰਿੰਦਰ ਵਿਚਿਸ਼ਟ ਨੇ ਦਿੱਤਾ ਅਸਤੀਫਾ 트럼ਪ ਤੇ ਕਮਲਾ ਹਾਇਰਜ਼ 'ਚ ਹੋਈ ਤਕੀ ਬਹਿਸ 90 ਮਿੰਟ ਤੱਕ ਚੱਲੀ ਦੋਹਾਂ ਦੀ ਬਹਿਸ ਆਈਦੀ ਹੈਡਲਾਈਨਸ ਬਸ ਇਹਨਾਂ ਨੂੰ ਦੁਆਗਿਆ ਧੰਨਵਾਦ